ਪ੍ਰਧਾਨਮੰਤਰੀ ਮੋਦੀ ਨੇ ਸੁਰੱਖਿਆ ਤੇ ਬਣੀ ਕੈਬਨਿਟ ਕਮੇਟੀ ਦੀ ਲਈ ਮੀਟਿੰਗ। ਬੰਗਲਾਦੇਸ਼ ਦੇ ਤਾਜ਼ਾ ਹਾਲਾਤਾਂ ਨੂੰ ਲੈ ਕੇ ਹੋਈ ਚਰਚਾ। ਬੰਗਲਾਦੇਸ਼ ਲਈ ਹਵਾਈ ਤੇ ਟ੍ਰੇਨ ਸੇਵਾ ਕੀਤੀ ਬੰਦ। ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ, ਮੁੱਖ ਮੰਤਰੀ ਮਾਨ ਅੱਜ ਵੱਖ ਵੱਖ ਵਿਭਾਗਾਂ 'ਚ ਸਿਲੈਕਟ ਹੋਏ 443 ਉਮੀਦਵਾਰਾਂ ਨੂੰ ਦੇਣਗੇ ਨਿਯੁਕਤੀ ਪੱਤਰ। ਦੁਪਹਿਰੇ 1 ਵਜੇ ਫਿਲੌਰ 'ਚ ਹੋਵੇਗਾ ਪ੍ਰੋਗਰਾਮ। ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗੀ ਭੁੱਲਾਂ ਦੀ ਮੁਆਫ਼ੀ। ਬੋਲੇ, ਮੁਖੀ ਹੋਣ ਦੇ ਨਾਤੇ ਸਾਰੀਆਂ ਭੁੱਲਾਂ ਪਾਉਂਦਾ ਹਾਂ ਆਪਣੀ ਝੋਲੀ। ਸਿੰਘ ਸਾਹਿਬ ਦੇ ਹੁਕਮਾਂ ਨੂੰ ਖਿੜੇ ਮੱਥੇ ਕਰਾਂਗਾ ਪ੍ਰਵਾਨ। ਸੁਖਬੀਰ ਸਿੰਘ ਬਾਦਲ ਦੇ ਸਪਸ਼ਟੀਕਰਨ ਨੂੰ ਲੈ ਕੇ ਬਾਗੀ ਤੜੇ ਦਾ ਵਾਰ, ਕਿਹਾ ਡਿਟੇਲ 'ਚ ਆਪਣੀਆਂ ਗਲਤੀਆਂ ਕਬੂਲ ਕਰਦੇ ਸੁਖਬੀਰ ਬਾਦਲ। ਸਰਕਾਰ ਜਾਂ ਪਾਰਟੀ ਨਹੀਂ, ਸੁਖਬੀਰ ਬਾਦਲ ਨੇ ਹੀ ਲਏ ਸਨ ਗਲਤ ਫੈਸਲੇ। ਪੰਜਾਬ 'ਚ ਸਪਟੈਂਬਰ 'ਚ ਹੋਣਗੀਆਂ ਪੰਚਾਇਤੀ ਚੋਣਾਂ। ਐਡਵੋਕੇਟ ਜਨਰਲ ਨੇ ਹਾਈ ਕੋਰਟ 'ਚ ਦਿੱਤਾ ਭਰੋਸਾ। ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦੇ ਜਵਾਬ ਲਈ ਮੰਗਿਆ 3 ਹਫ਼ਤੇ ਦਾ ਸਮਾਂ। ਸੀਮਾਨ ਦੇ ਡ੍ਰੀਮ ਪ੍ਰੋਜੈਕਟ ਮਾਲਵਾ ਕਨਾਲ ਤੇ ਕਾਂਗਰਸ ਨੇ ਚੁੱਕੇ ਸਵਾਲ। ਵੜਿੰਗ ਬੋਲੇ, ਗਿੱਦੜਬਾਹਾ ਦੀ ਜ਼ਿਮਨੀ ਚੋਣ ਲਈ ਸੀਐਮ ਨੇ ਛੱਡਿਆ ਸ਼ਗੂਫਾ। ਕੀ ਸਰਕਾਰ ਨੇ ਜ਼ਰੂਰੀ ਸਰਵੇ ਕਰ ਲਏ ਨੇ ਪੂਰੇ? ਪੈਰਿਸ ਓਲੰਪਿਕਸ 'ਚ ਅੱਜ ਭਾਰਤ ਲਈ ਅਹਿਮ ਦਿਨ। ਹਾਕੀ ਦੇ ਸੈਮੀਫਾਈਨਲ 'ਚ ਜਰਮਨੀ ਨਾਲ ਭਿੜੇਗੀ ਟੀਮ ਇੰਡੀਆ। ਨੀਰਜ ਚੋਪੜਾ ਦਾ ਜੈਵਲਿਨ ਥਰੋ ਦਾ ਹੋਵੇਗਾ ਮੁਕਾਬਲਾ। ਰੈਸਲਰ ਵਿਨੇਸ਼ ਫੋਗਾਟ ਦਾ ਵੀ ਹੋਵੇਗਾ ਮੈਚ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ, ਨਿਊਜ਼ 18 ਪੰਜਾਬ ਨਾਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਗੱਲ ਕਰਾਂਗੇ ਬੰਗਲਾਦੇਸ਼ ਦੀ, ਜੋ ਕਿ ਹਿੰਸਾ ਦੀ ਅੱਗ 'ਚ ਝੁਲਸ ਰਿਹਾ ਹੈ। ਤੇ ਬੰਗਲਾਦੇਸ਼ ਨੂੰ ਲੈ ਕੇ ਪੀਐਮ ਮੋਦੀ ਦੇ ਵੱਲੋਂ ਕੱਲ੍ਹ ਦੇਰ ਸ਼ਾਮ ਅਹਿਮ ਬੈਠਕ ਕੀਤੀ ਗਈ, ਅਹਿਮ ਮੀਟਿੰਗ ਕੀਤੀ ਗਈ। ਪੀਐਮ ਨੇ ਸੁਰੱਖਿਆ ਤੇ ਬੜੀ ਕੈਬਨਿਟ ਕਮੇਟੀ ਦੇ ਵਿਚਾਲੇ ਚਰਚਾ ਕੀਤੀ। ਸੀਸੀਐਸ ਦੀ ਮੀਟਿੰਗ 'ਚ ਹੀ ਬੰਗਲਾਦੇਸ਼ ਦੇ ਹਾਲਾਤ ਤੇ ਚਰਚਾ ਕੀਤੀ ਗਈ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਦੇਸ਼ ਛੱਡ ਦਿੱਤਾ ਗਿਆ, ਜਦਕਿ ਸ਼ੇਖ ਹਸੀਨਾ ਅਸਤੀਫਾ ਦੇ ਕੇ ਭਾਰਤ ਪਰਤੇ ਨੇ ਤੇ ਹਿੰਸਾ ਦੀ ਅੱਗ 'ਚ ਸੜ ਰਿਹਾ ਹੈ ਬੰਗਲਾਦੇਸ਼। ਤੇ ਰਿਜ਼ਰਵੇਸ਼ਨ ਨੂੰ ਲੈ ਕੇ ਪਿਛਲੇ 2 ਮਹੀਨਿਆਂ ਤੋਂ ਹੀ ਪੂਰਾ ਅੰਦੋਲਨ ਲਗਾਤਾਰ ਜਾਰੀ ਹੈ। ਦਰਅਸਲ 30% ਰਿਜ਼ਰਵੇਸ਼ਨ ਦੇ ਖਿਲਾਫ ਆ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਅੰਦੋਲਨ ਕੀਤਾ ਜਾ ਰਿਹਾ। ਹਾਲਾਂਕਿ ਸੁਪਰੀਮ ਕੋਰਟ ਦੇ ਵੱਲੋਂ ਹਾਈ ਕੋਰਟ ਦੇ ਫੈਸਲੇ ਨੂੰ ਵੀ ਉੱਥੇ ਦੇ ਬੰਗਲਾਦੇਸ਼ ਦੇ ਉਲਟਾ ਦਿੱਤਾ ਗਿਆ ਹੈ। ਪਰ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਡਿਮਾਂਡ ਕੀਤੀ ਜਾ ਰਹੀ ਸੀ ਕਿ ਸ਼ੇਖ ਹਸੀਨਾ ਆਪਣੇ ਜੋ ਅਹੁਦੇ ਤੋਂ ਅਸਤੀਫਾ ਦੇਣ। ਹਾਲਾਂਕਿ ਕੱਲ੍ਹ ਹੀ ਸ਼ੇਖ ਹਸੀਨਾ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਤੇ ਕੱਲ੍ਹ ਹੀ ਉਹਨਾਂ ਨੇ ਢਾਕਾ ਵੀ ਛੱਡ ਦਿੱਤਾ ਸੀ। ਉਸ ਤੋਂ ਬਾਅਦ ਕੱਲ੍ਹ ਦੇਰ ਸ਼ਾਮ ਤਕਰੀਬਨ 6 ਵਜੇ ਸ਼ੇਖ ਹਸੀਨਾ ਦਾ ਜੋ ਪਲੇਨ ਹੈ ਉਹ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਤੇ ਲੈਂਡ ਕੀਤਾ। ਤੇ ਉਸ ਤੋਂ ਬਾਅਦ ਦੱਸਦੇ ਕਿ ਏਅਰਬੇਸ ਤੇ ਹੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਸ਼ੇਖ ਹਸੀਨਾ ਤੋਂ ਤਕਰੀਬਨ 1 ਘੰਟੇ ਤੱਕ ਗੱਲਬਾਤ ਕੀਤੀ। ਤੇ ਆ ਵੀ ਕਿਆਸੜੀਆਂ ਲਗਾਈਆਂ ਜਾ ਰਹੀਆਂ ਨੇ ਕਿ ਹਸੀਨਾ ਹੁਣ ਦੇਸ਼ ਛੱਡ ਕੇ ਜੋ ਨੇ ਉਹ ਲੰਡਨ ਜਾਂ ਫਿਨਲੈਂਡ ਜਾਂ ਕਿਸੇ ਹੋਰ ਦੇਸ਼ ਜਾ ਸਕਦੇ ਨੇ। ਤੁਸੀਂ ਪੂਰੇ ਤਮਾਮ ਮੁੱਦੇ ਨੂੰ ਲੈ ਕੇ ਕੱਲ ਦੇਸ਼ ਸੁਤੰਤਰਤਾ ਸੰਗਰਾਮ ਵਿੱਚ ਹਿੱਸਾ ਲੈਣ ਵਾਲੇ ਪਰਿਵਾਰਾਂ ਨੂੰ ਰਾਖਵਾਂ ਕਰਨ ਮਿਲ ਰਿਹਾ। ਲੋਕ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਨੂੰ 30% ਰਾਖਵਾਂ ਕਰਨ ਦੇਣ ਦਾ ਵਿਰੋਧ ਕਰ ਰਹੇ ਨੇ। ਭਾਰੀ ਵਿਰੋਧ ਦੇ ਬਾਅਦ ਸੁਪਰੀਮ ਕੋਰਟ ਨੇ ਕੋਟਾ ਪ੍ਰਣਾਲੀ ਨੂੰ ਖਤਮ ਕਰ ਦਿੱਤਾ। ਇਸ ਤੋਂ ਪਹਿਲਾਂ 2018 ਦੇ ਵਿੱਚ ਵਿਰੋਧ ਦੇ ਬਾਅਦ ਸਰਕਾਰ ਨੇ ਰਾਖਵਾਂ ਕਰਨ ਖਤਮ ਕਰ ਦਿੱਤਾ ਸੀ। ਇਸ ਸਾਲ ਹਾਈ ਕੋਰਟ ਨੇ ਸਰਕਾਰ ਦੇ 2018 ਦੇ ਫੈਸਲੇ ਨੂੰ ਪਲਟ ਦਿੱਤਾ ਅਤੇ ਹਾਈ ਕੋਰਟ ਨੇ ਕੋਟਾ ਖਤਮ ਕਰਨ ਨੂੰ ਗੈਰ ਕਾਨੂੰਨੀ ਦੱਸਿਆ। ਹਾਈ ਕੋਰਟ ਦੇ ਫੈਸਲੇ ਦੇ ਬਾਅਦ ਦੇਸ਼ ਭਰ ਦੇ ਵਿੱਚ ਹਿੰਸਕ ਅੰਦੋਲਨ ਸ਼ੁਰੂ ਹੋਇਆ। ਹਾਈ ਕੋਰਟ ਦੇ ਫੈਸਲੇ ਨੂੰ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ। ਸੁਪਰੀਮ ਕੋਰਟ ਨੇ ਨੌਕਰੀਆਂ ਦੇ ਲਈ ਕੋਟਾ ਪ੍ਰਣਾਲੀ ਨੂੰ ਖਤਮ ਕਰ ਦਿੱਤਾ। ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਅਦ ਬੰਗਲਾਦੇਸ਼ ਵਿੱਚ ਫਿਰ ਤੋਂ ਹਿੰਸਾ ਭੜਕੀ ਅਤੇ ਪੀਐਮ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਫਿਰ ਤੋਂ ਹਿੰਸਕ ਅੰਦੋਲਨ ਬਣ ਗਈ। ਪੀਐਮ ਸ਼ੇਖ ਹਸੀਨਾ ਨੇ ਦੇਸ਼ ਛੱਡ ਦਿੱਤਾ ਹੈ, ਫੌਜ ਨੇ ਦੇਸ਼ ਦੀ ਕਮਾਨ ਸੰਭਾਲ ਲਈ ਹੈ ਅਤੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ। ਅਜਿਹੇ ਵਿੱਚ ਦੇਖਣਾ ਹੋਵੇਗਾ ਕਿ ਦੇਸ਼ ਦੇ ਵਿੱਚ ਸ਼ਾਂਤੀ ਬਹਾਲੀ ਕਦੋਂ ਤੱਕ ਹੁੰਦੀ ਹੈ। ਬਿਊਰੋ ਰਿਪੋਰਟ, ਨਿਊਜ਼ 18।
ਅੱਗੇ ਵਧਾਂਗੇ ਰੁਕ ਰਾਂਗੇ ਅਗਲੀ ਖਬਰ ਦਾ। ਹੈਲਥ ਇੰਸ਼ੋਰੈਂਸ ਨੂੰ ਲੈ ਕੇ 18% GST ਦਾ ਵਿਰੋਧ ਲਗਾਤਾਰ ਜਾਰੀ ਹੈ। ਦਸ ਇੰਡੀਆ ਗਠਜੋੜ ਇੰਡੀਆ ਬਲੌਕ ਅੱਜ ਸੰਸਦ ਦੇ ਬਾਹਰ ਧਰਨਾ ਪ੍ਰਦਰਸ਼ਨ ਦੇਵੇਗਾ ਤੇ ਹੈਲਥ ਇੰਸ਼ੋਰੈਂਸ ਤੋਂ GST ਹਟਾਏ ਜਾਣ ਦੀ ਮੰਗ ਇੰਡੀਆ ਗਠਬੰਧਨ ਦੇ ਵੱਲੋਂ ਇੰਡੀਆ ਬਲੌਕ ਦੇ ਵੱਲੋਂ ਕੀਤੀ ਜਾ ਰਹੀ ਹੈ। ਦਸ ਨਿਤਿਨ ਗਡਕਰੀ ਜੋ ਟਰਾਂਸਪੋਰਟ ਮੰਤਰੀ ਨੇ, ਉਹਨਾਂ ਨੇ ਵੀ ਇਸ ਦੇ ਵਿਰੋਧ ਹੈ ਆਪਣਾ ਵਿਰੋਧ ਜਤਾ ਚੁੱਕੇ ਨੇ। ਮੰਤਰੀ ਨੂੰ ਚਿੱਠੀ ਲਿਖ ਕੇ ਉਹਨਾਂ ਦੇ ਵੱਲੋਂ ਵਿਰੋਧ ਜਤਾਇਆ ਗਿਆ ਸੀ। ਦੱਸ ਕੇ ਮਮਤਾ ਬੈਨਰਜੀ ਨੇ ਵੀ ਉਹਨਾਂ ਦੀ ਮੰਗ ਦਾ ਸਮਰਥਨ ਜੋ ਹੈ ਉਹ ਕੀਤਾ ਸੀ। ਹੈਲਥ ਇੰਸ਼ੋਰੈਂਸ ਤੇ 18% GST ਦਾ ਵਿਰੋਧ ਲਗਾਤਾਰ ਜਾਰੀ ਹੈ। ਕਾਬਲੇ ਗੌਰ ਹੈ ਕਿ ਸੰਸਦ ਦਾ ਮੌਨਸੂਨ ਸੈਸ਼ਨ ਲਗਾਤਾਰ ਜਾਰੀ ਹੈ ਤੇ ਅੱਜ ਜੋ ਹੈ ਇੰਡੀਆ ਬਲੌਕ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ ਦੇ ਵੱਲੋਂ ਇਸ ਤਮਾਮ ਮੁੱਦੇ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਸੰਸਦ ਦੇ ਬਾਹਰ ਦਿੱਤਾ ਜਾਏ। ਪੰਜਾਬ ਸਰਕਾਰ ਦਾ ਮਿਸ਼ਨ ਰੁਜ਼ਗਾਰ ਲਗਾਤਾਰ ਜਾਰੀ ਹੈ। ਦੱਸ ਦਈਏ ਕਿ ਅੱਜ 443 ਉਮੀਦਵਾਰਾਂ ਨੂੰ 443 ਕੈਂਡੀਡੇਟਸ ਨੂੰ ਨਿਯੁਕਤੀ ਪੱਤਰ ਦੇਣਗੇ CM ਭਗਵੰਤ ਮਾਨ। ਪੰਜਾਬ ਪੁਲਿਸ ਮਹਿਕਮੇ 'ਚ ਆ ਭਰਤੀ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ। ਕਾਬਲੇ ਗੌਰ ਹੈ ਕਿ ਦੁਪਹਿਰੇ 1 ਵਜੇ ਫਿਲੌਰ 'ਚ PPA 'ਚ ਆ ਸਮਾਗਮ ਪੂਰਾ ਜੋ ਪ੍ਰੋਗਰਾਮ ਰੱਖਿਆ ਗਿਆ। CM ਭਗਵੰਤ ਮਾਨ ਖੁਦ ਜੋ ਨੇ 443 ਕੈਂਡੀਡੇਟਸ ਨੂੰ ਨਿਯੁਕਤੀ ਪੱਤਰ ਅੱਜ ਵੰਡਿਆ। ਸਾਬਕਾ AIG ਬਲਵਿੰਦਰ ਸਿੱਧੂ ਦੀ ਅੱਜ ਕੋਰਟ 'ਚ ਪੇਸ਼ੀ ਹੋਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਕੋਰਟ 'ਚ ਆਪਣੇ ਜਵਾਈ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਅਤੇ ਕੋਰਟ ਕੰਪਲੈਕਸ 'ਚ ਹਰਪ੍ਰੀਤ ਸਿੰਘ ਨੂੰ ਆ ਗੋਲੀਆਂ ਮਾਰੀਆਂ ਗਈਆਂ ਸੀ। ਕਾਬਲੇ ਗੌਰ ਹੈ ਕਿ ICAS ਆਫਿਸਰ ਹਰਪ੍ਰੀਤ ਸਿੰਘ ਦਾ ਤਲਾਕ ਦਾ ਕੇਸ ਚੱਲ ਰਿਹਾ ਸੀ। ਕੇਸ ਦੇ ਸਮਝੌਤੇ ਲਈ ਦੋਵਾਂ ਧਿਰਾਂ ਆਈਆਂ ਹੋਈਆਂ ਸਨ ਕੋਰਟ, ਜੋ ਕਿ ਪੂਰੀ ਘਟਨਾ ਵਾਪਸ ਨੇ। ਸਾਬਕਾ AIG ਬਲਵਿੰਦਰ ਸਿੱਧੂ ਦੀ ਅੱਜ ਕੋਰਟ 'ਚ ਪੇਸ਼ੀ ਹੋਣ ਜਾ ਰਹੀ ਹੈ। ਚੰਡੀਗੜ੍ਹ ਕੋਰਟ 'ਚ ਆਪਣੇ ਜਵਾਈ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀਗਾ, ਜਿਸ ਦੇ ਤਮਾਮ ਮੁੱਦੇ ਤੇ ਮਸਲੇ ਤੇ ਅੱਜ ਕੋਰਟ 'ਚ ਪੇਸ਼ ਹੋਏ। ਹੁਣ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਦਿੱਤੇ ਸਪਸ਼ਟੀਕਰਨ ਦੀ। ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਪੱਤਰ ਜਾਰੀ ਕੀਤਾ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੇ ਮੁਆਫ਼ੀ ਮੰਗੀ ਹੈ। ਉਹਨਾਂ ਕਿਹਾ ਕਿ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਮੈਂ ਪਾਉਂਦਾ ਹਾਂ। ਪਿਛਲੇ ਦਿਨੀ ਜੋ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲਿਖਤੀ ਸਪਸ਼ਟੀਕਰਨ ਦਿੱਤਾ, ਹੁਣ ਉਹ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਨਤਕ ਕੀਤਾ ਗਿਆ, ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਖਿਮਾ ਯਾਚਨਾ ਕੀਤੀ ਹੈ। ਸੁਖਬੀਰ ਸਿੰਘ ਬਾਦਲ ਨੇ ਇਸ ਪੱਤਰ ਦੇ ਵਿੱਚ ਲਿਖਿਆ ਕਿ ਸਤਿਕਾਰਯੋਗ ਸਿੰਘ ਸਾਹਿਬ ਜੀਓ, ਸ੍ਰੀ ਅਕਾਲ ਤਖ਼ਤ ਸਾਹਿਬ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖ਼ਤ ਹੈ, ਸਮਰੱਥ ਗੁਰੂ ਜਾਣੀ ਜਾਣਾ, ਤਰਕ ਤੇ ਦਲੀਲਾਂ ਉੱਥੇ ਹੁੰਦੀਆਂ ਹਨ ਜਿੱਥੇ ਕਿਸੇ ਨੂੰ ਸਮਝਾਉਣ ਦੀ ਲੋੜ ਹੋਵੇ ਜਾਂ ਕੁਝ ਲੁਕਾਉਣ ਦੀ ਮਨਸ਼ਾ ਹੋਵੇ। ਦਾਸ ਗੁਰੂ ਘਰ ਦਾ ਨਿਮਾਣਾ ਸੇਵਕ ਹੈ, ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਿਹਾ। ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਜੋਦਰੀ ਕਰ ਰਿਹਾ ਹਾਂ। ਜੋ ਵੀ ਸਾਡੇ ਖਿਲਾਫ਼ ਲਿਖ ਕੇ ਦਿੱਤਾ ਗਿਆ ਦਾਸ, ਉਸ ਵਾਸਤੇ ਗੁਰੂ ਦੇ ਮਹਾਨ ਤਖ਼ਤ 'ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਅਤੇ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਖਿਮਾ ਯਾਚਨਾ ਕਰਦਾ ਹੈ। ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਦਾਸ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਦੇ ਵਿੱਚ ਪਾਉਂਦਾ ਹੈ, ਚਾਹੇ ਭੁੱਲਾਂ ਪਾਰਟੀ ਕੋਲੋਂ ਹੋਈਆਂ ਹਨ ਜਾਂ ਸਰਕਾਰ ਦੇ ਕੋਲੋਂ। ਦਾਸ ਚੇਤ ਅਚੇਤ ਦੇ ਵਿੱਚ ਹੋਈਆਂ ਇਹਨਾਂ ਸਾਰੀਆਂ ਭੁੱਲਾਂ ਚੁੱਕਾਂ ਦੇ ਲਈ ਖਿਮਾ ਦਾ ਜਾਚਕ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਗੁਰਮਤਿ ਪਰੰਪਰਾਵਾਂ ਦੇ ਅਨੁਸਾਰ ਜਾਰੀ ਕੀਤੇ ਹਰ ਹੁਕਮ ਨੂੰ ਦਾਸ ਅਤੇ ਮੇਰੇ ਸਾਥੀ ਖਿੜੇ ਮੱਥੇ ਪ੍ਰਵਾਨ ਕਰਨਗੇ। ਮੇਰੀ ਅਰਦਾਸ ਹੈ ਕਿ ਅਕਾਲ ਪੁਰਖ ਪੰਥ ਅਤੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਗੁਰੂ ਪੰਥ ਦਾ ਦਾਸ ਸੁਖਬੀਰ ਸਿੰਘ ਬਾਦਲ। ਮਾਣਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ਾਂ ਦੇ ਅਨੁਸਾਰ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ, ਇਹ ਪੱਤਰ ਅੱਜ ਮਾਣਯੋਗ ਸਿੰਘ ਸਾਹਿਬ ਜਥੇਦਾਰ ਸਾਹਿਬ ਜੀ ਦੇ ਆਦੇਸ਼ਾਂ ਦੇ ਅਨੁਸਾਰ ਇਹ ਪ੍ਰੈਸ ਨੂੰ ਜਨਤਕ ਕੀਤਾ ਜਾਂਦਾ ਹੈ।
ਸੋ ਇਹ ਪ੍ਰੈਸ ਦੀਆਂ ਕਾਪੀਆਂ ਆਪ ਜੀ ਨੂੰ ਇਸ ਪੱਤਰ ਦੀਆਂ ਕਾਪੀਆਂ ਆਪ ਜੀ ਨੂੰ ਦਿੱਤੀਆਂ ਜਾਣਗੀਆਂ ਅਤੇ ਇਹਦੇ ਬਾਰੇ ਮਾਣਯੋਗ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾ ਕੇ ਇਹਦੇ ਬਾਰੇ ਕੋਈ ਜਿਹੜਾ ਹੈਗਾ ਉਹ ਫੈਸਲਾ ਕਰੇ। ਤਾਂ ਇਸ ਸਪਸ਼ਟੀਕਰਨ ਨੂੰ ਲੈ ਕੇ ਬਾਗੀ ਧੜਾ ਸੁਖਬੀਰ ਸਿੰਘ ਬਾਦਲ 'ਤੇ ਹਮਲਾਵਰ ਹੈ। ਬਾਗੀ ਧੜੇ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਸਪਸ਼ਟੀਕਰਨ ਦੇ ਵਿੱਚ ਜਵਾਬ ਗੋਲ ਮੋਲ ਦਿੱਤੇ ਨੇ। ਖੁੱਲ੍ਹੇ ਦਿਲ ਦੇ ਨਾਲ ਸਾਰੀਆਂ ਗਲਤੀਆਂ ਮੰਨਣੀਆਂ ਚਾਹੀਦੀਆਂ ਨੇ, ਤਾਂ ਅੱਗੋਂ ਅਕਾਲੀ ਦਲ ਨੇ ਵੀ ਪਲਟਵਾਰ ਕੀਤਾ। ਚਲੋ ਚੰਗੀ ਗੱਲ ਹੈ, ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਗਲਤੀਆਂ ਹੋਈਆਂ ਦੀ ਮੰਨੀਆਂ ਤਾਂ ਹੈ ਕੁਛ ਨਾ ਕੁਛ, ਪਰ ਉਹਦੇ 'ਚ ਫਿਰ ਵੀ ਹਾਲੇ ਤੀਕ ਚੇਤ ਪਾਰਟੀ ਜਾਂ ਸਰਕਾਰ ਕਰਕੇ ਹੈ ਨਾ ਇੱਦਾਂ ਦੀਆਂ ਗੱਲਾਂ ਕੀਤੀਆਂ। ਪਰ ਮੇਰਾ ਖਿਆਲ ਹੈ ਕਿ ਜ਼ਿਆਦਾਤਰ ਜਾਤੀ ਫੈਸਲੇ ਉਹਨਾਂ ਦੇ ਇੰਡੀਵਿਜੁਅਲ ਸੀ। ਵੱਡਾ ਦਿਲ ਹੋਰ ਕਰਨਾ ਚਾਹੀਦਾ ਸੀ। ਜਿਹੜੀ ਪੁਸ਼ਾਕ ਦੇ ਕੇਸ ਦੀ ਗੱਲ ਹੈ, ਕਿਉਂ ਵਾਪਸ ਕਰਾਇਆ ਜਾਂ ਕਿਉਂ ਅਪੀਲ ਨਹੀਂ ਕੀਤੀ, ਵੋਟਾਂ ਦਾ ਜਿਹੜੀ ਸੌਦੇਬਾਜ਼ੀ ਆ ਉਹ ਕਿਉਂ ਕੀਤੀ ਹੁਕਮਨਾਮੇ ਦੇ ਖਿਲਾਫ਼, ਜਾਂ ਡੇਰੇ ਨੂੰ ਮਾਫ਼ੀ ਜਿਹੜੀ ਦਿਵਾਉਣ ਵੇਲੇ ਕਿਉਂ ਪ੍ਰੈਸ਼ਰ ਬਣਾਇਆ, ਇਹ ਸਾਰੀਆਂ ਗੱਲਾਂ ਵੱਡੇ ਦਿਲ ਨਾਲ ਮੰਨ ਲੈਣੀਆਂ ਚਾਹੀਦੀਆਂ ਸੀ। ਜਿਨ੍ਹਾਂ ਨੂੰ ਤਖ਼ਤਾਂ ਦੇ ਉੱਤੇ ਭਰੋਸਾ ਨਹੀਂ ਉਹ ਆਪਣੀ ਗੱਲ ਪਹਿਲਾਂ ਜੱਗ ਜ਼ਾਹਰ ਕਰ ਚੁੱਕਿਆ, ਉਹ ਚਾਰ ਗੱਲਾਂ ਹੋਰ ਵੀ ਕਹਿ ਦੇ। ਇਸ ਕਰਕੇ ਅਸੀਂ ਉਹਨਾਂ ਦੀ ਗੱਲ ਦਾ ਤਾਂ ਗੁੱਸਾ ਕਰਦੇ ਹੀ ਨਹੀਂ, ਅਸੀਂ ਕਿਸੇ ਵੀ ਗੱਲ ਦਾ ਜੋ ਮਰਜ਼ੀ ਕਹੀ ਜਾਂਦੇ। ਪਰ ਹੁਣ ਅਸੀਂ ਤਾਂ ਜਦੋਂ ਤਖ਼ਤ 'ਤੇ ਗੱਲ ਪਹੁੰਚ ਗਈ ਅਤੇ ਅਸੀਂ ਤਾਂ ਹਮੇਸ਼ਾ ਮਰਿਆਦਾ ਦਾ ਪਾਲਣ ਕਰਦੇ ਹਾਂ, ਅਸੀਂ ਤਖ਼ਤ ਨੂੰ ਸਮਰਪਿਤ ਕਰ ਦਿੱਤਾ। ਜੋ ਉਹਨਾਂ ਦਾ ਹੁਕਮ ਹੋਏਗਾ ਉਹ ਅਸੀਂ ਪ੍ਰਵਾਨ ਕਰ ਲਾਂਗੇ। ਜ਼ਿਕਰਯੋਗ ਹੈ ਕਿ ਪਹਿਲਾਂ ਅਕਾਲੀ ਦਲ ਦੇ ਬਾਗੀ ਧੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮਾਫ਼ੀਨਾਮਾ ਸੌਂਪਿਆ ਸੀ, ਜਿਸ ਦੇ ਵਿੱਚ ਬੇਅਦਬੀ ਗੋਲੀਕਾਂਡ ਤੋਂ ਲੈ ਕੇ ਰਾਮ ਰਹੀਮ ਨੂੰ ਮਾਫ਼ੀ ਦਾ ਜ਼ਿਕਰ ਕੀਤਾ ਗਿਆ ਸੀ। ਜਿਸ ਦੇ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਸੀ ਅਤੇ ਸਿੰਘ ਸਾਹਿਬਾਨਾਂ ਦੇ ਹੁਕਮ 'ਤੇ ਹੀ ਸੁਖਬੀਰ ਸਿੰਘ ਬਾਦਲ ਨੇ ਸਪਸ਼ਟੀਕਰਨ ਦਿੱਤਾ ਸੀ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਦੇ ਨਾਲ, ਚੰਡੀਗੜ੍ਹ ਤੋਂ ਪੰਕਜ ਕਪਾਹੀ ਅਤੇ ਨਪਿੰਦਰ ਸਿੰਘ ਬਰਾੜ, ਨਿਊਜ਼ 18 ਪੰਜਾਬ। ਸ਼੍ਰੋਮਣੀ ਅਕਾਲੀ ਦਲ ਨੇ ਨਵੀਂ ਕੋਰ ਕਮੇਟੀ ਦਾ ਗਠਨ ਕੀਤਾ ਤਾਂ ਅੱਗੋਂ ਬਾਗੀ ਧੜੇ ਨੇ ਕੋਰ ਕਮੇਟੀ ਦੇ ਸਵਾਲ ਖੜੇ ਕੀਤੇ ਨੇ ਅਤੇ ਨਾਲ ਹੀ ਮੁੜ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕਰ ਦਿੱਤੀ। ਤਾਂ ਉੱਧਰ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ 'ਤੇ ਲਿਆ। ਬਾਗੀਆਂ ਨੂੰ ਪਾਰਟੀ ਦੇ ਵਿੱਚ ਬਾਹਰ ਦਾ ਰਾਹ ਵਿਖਾਉਣ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਮੁੜ ਤੋਂ ਕੋਰ ਕਮੇਟੀ ਦਾ ਗਠਨ ਕੀਤਾ, ਜਿਸ ਦੇ ਵਿੱਚ 23 ਮੈਂਬਰ ਸ਼ਾਮਲ ਕੀਤੇ ਗਏ ਅਤੇ ਕਮੇਟੀ 'ਚ ਕਈ ਨਵੇਂ ਆਗੂਆਂ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਤਾਂ ਬਾਗੀ ਧੜੇ ਨੇ ਨਵੀਂ ਕੋਰ ਕਮੇਟੀ 'ਤੇ ਸਵਾਲ ਖੜੇ ਕਰ ਦਿੱਤੇ ਨੇ ਅਤੇ ਮੁੜ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਵੀ ਮੰਗ ਕੀਤੀ ਹੈ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੱਚ ਬੋਲਣ ਵਾਲਿਆਂ ਨੂੰ ਸਾਈਡ 'ਤੇ ਕਰਨ ਦੇ ਲਈ ਕਮੇਟੀ ਭੰਗ ਕੀਤੀ, ਪਰਿਵਾਰ ਦੇ ਮੈਂਬਰਾਂ ਨੂੰ ਕਮੇਟੀ ਦੇ ਵਿੱਚ ਥਾਂ ਦੇਣ ਦੇ ਲਈ ਨਵੀਂ ਕਮੇਟੀ ਬਣਾਈ ਗਈ ਹੈ। ਵੀ ਪੁਰਾਣੀ ਕੋਰ ਕਮੇਟੀ ਭੰਗ ਕਰਨ ਦਾ ਇੱਕੋ ਇੱਕ ਮਨਸੂਬਾ ਲੱਗਦਾ ਸੀ ਵੀ ਜਿਹੜੇ ਸੱਚ ਕਹਿਣ ਵਾਲੇ ਨੇ, ਰੋਕਣ ਵਾਲੇ, ਟੋਕਣ ਵਾਲੇ, ਗਲਤ ਪਾਸੇ ਜਾਣ ਤੋਂ ਪਾਰਟੀ ਨੂੰ, ਉਹਨਾਂ ਲੋਕਾਂ ਨੂੰ ਦੂਰ ਕਰਨ ਲਈ ਸੀ। ਅਤੇ ਦੂਜਾ ਜਾਂ ਇਹ ਲੱਗ ਰਿਹਾ ਵੀ ਪਰਿਵਾਰ ਦੇ ਮੈਂਬਰਾਂ ਨੂੰ ਨਵੀਂ ਕਮੇਟੀ ਵਿੱਚ ਜਗ੍ਹਾ ਦੇਣ ਲਈ ਸੀ। ਹੋਰ ਤਾਂ ਕੋਈ ਨਵੀਂ ਗੱਲ ਨਜ਼ਰ ਨਹੀਂ ਆ ਰਹੀ। ਅਤੇ ਸਵਾਲ ਤਾਂ ਇਹ ਹੋ ਰਿਹਾ ਵੀ ਅੱਜ ਜਿਹੜੀ ਚਿੰਤਾ, ਅੱਜ ਜਿਹੜਾ ਮਾਹੌਲ ਆ, ਅੱਜ ਜਿਹੜਾ ਵਾਤਾਵਰਨ ਪੈਦਾ ਹੋਇਆ ਪੰਜਾਬ ਦੇ ਦੇਸ਼ ਅਤੇ ਦੁਨੀਆ ਭਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ, ਉਹਦੇ ਲਈ ਤਾਂ ਇੱਕੋ ਇੱਕ ਹੈ ਵੀ ਸਾਹ ਸੁਖਬੀਰ ਸਿੰਘ ਬਾਦਲ ਹੋਣੀ ਤਿਆਗ ਦੀ ਭਾਵਨਾ ਦਿਖਾ ਕੇ ਪ੍ਰਧਾਨਗੀ ਤੋਂ ਲਾਭੇ। ਤਾਂ ਉੱਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ 'ਤੇ ਲਿਆ। ਰਾਜਾ ਵੜਿੰਗ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਅਕਾਲੀ ਦਲ ਖੇਰੂੰ ਖੇਰੂੰ ਕਰ ਦਿੱਤਾ, ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਬਾਹਰ ਕੱਢ ਦਿੱਤਾ ਗਿਆ, ਹੁਣ ਆਪਣੀ ਮਰਜ਼ੀ ਦੇ ਨਾਲ ਸੁਖਬੀਰ ਬਾਦਲ ਕੁਰਸੀ 'ਤੇ ਬੈਠੇ ਨੇ। ਤਾਂ ਅੱਗੋਂ ਅਕਾਲੀ ਦਲ ਨੇ ਵੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਭਵਿੱਖਬਾਣੀ ਕਰ ਦਿੱਤੀ। ਮਲੂਕਾ ਸਾਹਿਬ ਫਾਰਗ ਹੋ ਗਏ ਨੇ, ਰੱਖੜਾ ਸਾਹਿਬ ਫਾਰਗ ਹੋ ਗਏ ਨੇ, ਹੁਣ ਯਾਰ ਤੁਸੀਂ ਕਹਿ ਰਹੇ ਹੋ ਇਕੱਲਾ ਬਾਦਲ ਅਕਾਲੀ ਦਲ ਹੈ,
ਸੋ ਮੇਰੇ ਕਹਿਣ ਦਾ ਮਤਲਬ ਮੁਕੰਮਲ ਤੌਰ 'ਤੇ ਅਕਾਲੀ ਦਲ ਖਤਮ ਆ। ਹੁਣ ਕਿੰਨਾ ਦੇਰ ਇਹ ਸਰਵਾਈਵ ਸਰਦਾਰ ਸੁਖਬੀਰ ਸਿੰਘ ਬਾਦਲ, ਕਿਉਂਕਿ ਇਕੱਲੇ ਹੀ ਪ੍ਰਧਾਨ ਨੇ, ਆਪਦੀ ਮਰਜ਼ੀ ਨਾਲ ਕੁਰਸੀ 'ਤੇ ਉਹਦੇ 'ਤੇ ਬੈਠੇ ਹੋਏ ਨੇ, ਹੋਰ ਕੋਈ ਬੰਦਾ ਤਾਂ ਮੇਰਾ ਖਿਆਲ ਰਿਹਾ ਨਹੀਂ। ਹੁਣ ਜਾਂ ਭੂੰਦੜ ਸਾਹਿਬ ਰਹਿ ਗਏ ਜਾਂ ਚੀਮਾ ਸਾਹਿਬ ਰਹਿ ਗਏ। ਅਕਾਲੀ ਦਲ ਦਾ ਪ੍ਰਧਾਨ ਇੱਕ ਡੈਮੋਕ੍ਰੈਟਿਕਲੀ ਚੁਣਿਆ ਪ੍ਰਧਾਨ ਹੈ, ਤੁਹਾਡੇ ਵਾਂਗੂ ਚਿੱਠੀ ਦੇ ਵਿੱਚੋਂ ਨਹੀਂ ਨਿਕਲੇ ਕਿ ਦਿੱਲੀਓਂ ਚਿੱਠੀ ਆਈ ਰਾਜਾ ਵੜਿੰਗ ਪ੍ਰਧਾਨ ਅਤੇ ਕੱਲ੍ਹ ਨੂੰ ਸਵੇਰੇ ਦਿੱਲੀਓਂ ਚਿੱਠੀ ਆ ਜਾਣੀ ਰਾਜਾ ਵੜਿੰਗ ਫਾਰਗ। ਸੋ ਆਪਣੀ ਪਾਰਟੀ ਕਨੀ ਨਜ਼ਰ ਮਾਰੋ, ਕਿੰਨੇ ਲੀਡਰ ਤੁਹਾਡੀ ਪ੍ਰਧਾਨਗੀ 'ਚ ਸੀਨੀਅਰ ਪਾਰਟੀ ਛੱਡ ਕੇ ਚਲੇ ਗਏ, ਤੁਹਾਡੇ ਤਾਂ ਪ੍ਰਧਾਨ ਮੁੱਖ ਮੰਤਰੀ ਪਾਰਟੀ ਛੱਡ ਗਏ। ਜ਼ਿਕਰਯੋਗ ਹੈ ਕਿ ਪਿਛਲੇ ਦਿਨ ਹੀ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਸੀ ਅਤੇ ਇਸ ਦੇ ਵਿਚਾਲੇ ਬਾਗੀ ਧੜੇ 'ਤੇ ਕਾਰਵਾਈ ਕਰਦੇ ਹੋਏ ਸੁਖਦੇਵ ਸਿੰਘ ਢੀਂਡਸਾ ਸਣੇ 9 ਬਾਗੀਆਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਸੀ ਅਤੇ ਇਸ ਦੇ ਬਾਅਦ 23 ਮੈਂਬਰੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ। ਬਿਊਰੋ ਰਿਪੋਰਟ, ਨਿਊਜ਼ 18, ਪੰਜਾਬ। ਸੀਐਮ ਭਗਵੰਤ ਮਾਨ ਐਕਸ਼ਨ 'ਚ ਨਜ਼ਰ ਆ ਰਹੇ ਨੇ। ਦੱਸ ਕੇ ਰਾਜਪੁਰਾ ਤਹਿਸੀਲ ਦਾ ਅਚਨਚੇ ਦੌਰਾ ਸੀਐਮ ਭਗਵੰਤ ਮਾਨ ਦੇ ਵੱਲੋਂ ਕੱਲ੍ਹ ਕੀਤਾ ਗਿਆ। ਸੀਐਮ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਇਸ ਦੌਰਾਨ ਸੁਣੀਆਂ ਅਤੇ ਲੋਕਾਂ ਨੂੰ ਮੁਸ਼ਕਲਾਂ ਦੇ ਹੱਲ ਦਾ ਭਰੋਸਾ ਵੀ ਸੀਐਮ ਭਗਵੰਤ ਮਾਨ ਦੇ ਵੱਲੋਂ ਦਿੱਤਾ ਗਿਆ। ਕੱਲ੍ਹ ਦੀ ਤਸਵੀਰਾਂ ਤੁਸੀਂ ਦੇਖ ਪਾ ਰਹੇ, ਤਹਿਸੀਲਦਾਰ ਦੇ ਦਫ਼ਤਰ ਵੀ ਗਏ ਸੀਐਮ ਭਗਵੰਤ ਮਾਨ ਅਤੇ ਸੀਐਮ ਨੇ ਰਜਿਸਟਰੀਆਂ ਦੀ ਲਾਈਵ ਪ੍ਰਕਿਰਿਆ ਵੀ ਇਸ ਦੌਰਾਨ ਦੇਖੀ। ਸਰਕਾਰ ਤੁਹਾਡੇ ਦੁਆਰ ਦਾ ਇੱਕ ਸਾਡਾ ਸਿਲਸਿਲਾ ਚੱਲਦਾ ਜੀ, ਜਿਹਦੇ ਵਿੱਚ ਅਫਸਰ ਜਿਹੜੇ ਨੇ ਜੀ ਉਹ ਪਿੰਡਾਂ ਜਾਂਦੇ ਨੇ ਜੀ, ਕੋਈ ਰਜਿਸਟਰੀਆਂ ਵੀ ਕਰਦੇ ਆ ਤਹਿਸੀਲਦਾਰ ਜਾ ਕੇ, ਏ ਡੀ ਸੀ ਜਾਂਦੇ ਆ, ਡੀ ਸੀ ਜਾਂਦੇ ਆ, ਮੁਸ਼ਕਲ ਸੁਣਦੇ ਆ, ਮੌਕੇ 'ਤੇ ਉਹਨਾਂ ਦਾ ਹੱਲ ਵੀ ਕਰਦੇ ਆ। ਕਈ ਵਾਰੀ ਤੁਸੀਂ ਦੇਖਿਆ ਹੋਣਾ ਮੈਂ ਵੀ ਜਾਂਦਾ ਜਾਂਦਾ ਕਿਤੇ ਵੀ, ਬਿਲਕੁਲ, ਕਿਸੇ ਸਕੂਲ 'ਚ, ਕਿਸੇ ਕਚਹਿਰੀ 'ਚ, ਕਿਤੇ ਕੋਈ ਸਰਕਾਰੀ ਹੋਰ ਦਫ਼ਤਰ 'ਚ, ਹਸਪਤਾਲ 'ਚ ਮੈਂ ਵੀ ਰੁਕ ਜਾਂਦਾ। ਸੋ ਅੱਜ ਪਟਿਆਲਾ ਜਾਂਦੇ ਜਾਂਦੇ ਰਾਜਪੁਰੇ ਕੋਰਟ ਦੇ ਵਿੱਚ ਰੁਕੇ ਹਾਂ, ਤੁਸੀਂ ਸਾਰਾ ਆਪਣੇ ਕੈਮਰਿਆਂ 'ਚ ਕੈਦ ਕੀਤਾ ਅਤੇ ਡੀ ਐੱਸ ਪੀ ਆਫਿਸ ਦੀਆਂ ਦਿੱਕਤਾਂ, ਲੋਕ ਮਿਲੇ, ਕਈਆਂ ਦੀਆਂ ਰਜਿਸਟਰੀਆਂ ਹੋ ਗਈਆਂ, ਕਈਆਂ ਦੀਆਂ ਹਜੇ ਵੇਟਿੰਗ 'ਚ ਨੇ। ਮੈਂ ਤਹਿਸੀਲਦਾਰ ਸਾਹਿਬ ਦੇ ਕਮਰੇ 'ਚ ਜਾ ਕੇ ਦੋ ਤਿੰਨ ਰਜਿਸਟਰੀਆਂ ਲਾਈਵ ਵੀ ਦੇਖੀਆਂ ਕਿ ਕੀ ਸਿਸਟਮ ਹੈ, ਅਤੇ ਤਹਿਸੀਲਦਾਰ ਕਹਿੰਦੇ ਵੀ 35 ਤੋਂ 40 ਦੀ ਐਵਰੇਜ ਹੁੰਦੀ ਹੈ ਹਰ ਰੋਜ਼, ਅਤੇ 35 ਤੋਂ 40 ਅਸੀਂ ਰਜਿਸਟਰੀਆਂ ਕਰਕੇ ਜਾਂਦੇ ਹਾਂ। ਸੋ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਹੈ ਪਹਿਲਾਂ ਨਾਲੋਂ, ਕਿ ਹੁਣ ਆਉਂਦੇ ਹਾਂ ਔਰ ਆ ਕੇ ਕੋਈ ਵੀ ਅਫਸਰ ਕੁਰਸੀ 'ਤੇ ਐ ਨਹੀਂ ਹੈਗਾ ਗੈਬ ਹੈ ਕੁਰਸੀ ਤੋਂ, ਉਹ ਹੁੰਦਾ ਕੰਮ ਹੋਣ ਵਾਲਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ, ਜੇ ਕੋਈ ਹੋਰ ਡਾਕੂਮੈਂਟ ਚਾਹੀਦਾ ਹੋਵੇ ਤਾਂ ਮੰਗਾ ਲੈਂਦੇ ਨੇ। ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ ਲੋਕਾਂ ਦੇ ਵਿਊਜ਼, ਕੁਝ ਦਿੱਕਤਾਂ ਵੀ ਲੋਕਾਂ ਨੇ ਦੱਸੀਆਂ ਨੇ ਕਿ ਕਈ ਲੰਬੇ ਕੇਸ ਲਟਕਦੇ ਪਏ ਨੇ, ਸੋ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ, ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ ਖੁਆਰੀ ਹੋਵੇ, ਔਨਲਾਈਨ ਜ਼ਮਾਨੇ 'ਚ ਖੱਜਲ ਖੁਆਰੀ ਹੋਵੇ ਤਾਂ ਫਿਰ ਮਤਲਬ ਬਿਲਕੁਲ ਸਿਸਟਮ ਅਲਾਓ ਨਹੀਂ ਕਰਦਾ। ਸੋ ਅਸੀਂ ਅਪਡੇਟ ਕੀਤਾ ਹੋਇਆ ਸਾਰਾ ਸਿਸਟਮ, ਅਤੇ ਅੱਧੇ ਘੰਟੇ ਦੇ ਵਿੱਚ ਰਜਿਸਟਰੀ ਹੋ ਕੇ ਉਹਨੂੰ ਪ੍ਰਿੰਟ ਉਹਦਾ ਮਿਲ ਜਾਂਦਾ। ਮਾਲਵਾ ਕਨਾਲ ਤੇ ਕਾਂਗਰਸ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਨੇ। ਰਾਜਾ ਵੜਿੰਗ ਨੇ ਕਿਹਾ ਕਿ ਕੀ ਜ਼ਰੂਰੀ ਸਰਵੇ ਪੂਰੇ ਹੋ ਚੁੱਕੇ ਨੇ, ਕੀ ਰਾਜਸਥਾਨ ਦੇ ਨਾਲ ਸਮਝੌਤਾ ਹੋਇਆ ਹੈ, ਕੀ ਜ਼ਮੀਨ ਐਕਵਾਇਰ ਕਰ ਲਈ ਗਈ ਹੈ, ਤਮਾਮ ਸਵਾਲ ਰਾਜਾ ਵੜਿੰਗ ਦੇ ਵੱਲੋਂ ਪੁੱਛੇ ਗਏ। ਜ਼ਮੀਨੀ ਚੋਣ ਦੀ ਵਜ੍ਹਾ ਦੇ ਨਾਲ ਗਿੱਦੜਬਾਹਾ ਆਏ ਸੀ ਸੀਐਮ ਭਗਵੰਤ ਮਾਨ। ਰਾਜਾ ਵੜਿੰਗ ਨੇ ਕਿਹਾ ਕਿ ਜ਼ਮੀਨੀ ਚੋਣ ਦੇ ਲਈ ਸ਼ਗੂਫੇ ਸੀਐਮ ਦੇ ਵੱਲੋਂ ਛੱਡੇ ਜਾ ਰਹੇ ਨੇ। ਮਾਲਵਾ ਕਨਾਲ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਰਾਜਾ ਵੜਿੰਗ ਦੇ ਵੱਲੋਂ ਖੜੇ ਕੀਤੇ। ਪਹਿਲਾਂ ਵੀ ਪਾਰਲੀਮੈਂਟ ਸੀ, ਅਸੀਂ ਪਾਰਲੀਮੈਂਟ ਸੀ ਤੇ ਮਾਨ ਸਾਹਿਬ ਚਲੇ ਗਏ,
ਗਿੱਦੜਵਾ ਹਲਕੇ ਦੇ ਦੋਦੇ ਪਿੰਡ ਤੇ ਸੋਥੇ ਦੀਆਂ ਨਹਿਰਾਂ ਤੇ ਜਿੱਥੇ ਅਸੀਂ ਜੰਮੇ ਪਲੇ ਵੱਡੇ ਹੋਏ ਹਾਂ ਉੱਥੇ ਜਾ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਪਹਿਲੀ ਗੱਲ ਤਾਂ ਉਹ ਨਹਿਰ ਵਾਲਾ ਜਿਹੜਾ ਸਪਨਾ ਵੀ ਅਸੀਂ ਦਿਖਾਇਆ ਗਿਆ, ਕਿਉਂਕਿ ਜੇ ਬਾਏ ਇਲੈਕਸ਼ਨ ਨਾ ਹੁੰਦੀ, ਜੇ ਰਾਜਾ ਵੜਿੰਗ ਲੁਧਿਆਣੇ ਨਾ ਲੜਦਾ, ਐਮ ਪੀ ਨਾ ਬਣਦਾ, ਤਾਂ ਸ਼ਾਇਦ ਮਾਨ ਸਾਹਿਬ ਨੂੰ 2.5 ਸਾਲ ਇਹ ਚੇਤੇ ਨਹੀਂ ਆਉਣਾ ਸੀ ਵੀ ਦੋਦੇ ਤੇ ਸੋਥੇ ਪਿੰਡ ਦੀਆਂ ਨਹਿਰਾਂ ਤੇ ਜਾ ਕੇ ਮੈਂ ਪ੍ਰੈਸ ਕਾਨਫਰੰਸ ਕਰਨੀ। ਮੈਂ ਪੁੱਛਣਾ ਚਾਹੁੰਦਾ ਹੈ ਸਰਕਾਰ ਨੂੰ ਵੀ ਤੁਸੀਂ ਸਰਕਾਰ ਦੀ ਜ਼ਮੀਨ 'ਚ, ਰਾਜਸਥਾਨ ਦੀ ਸਰਕਾਰ ਦੀ ਜ਼ਮੀਨ 'ਚ ਇਹ ਨਹਿਰ ਕੱਢਣਾ ਕੱਢੋਗੇ, ਤੁਹਾਡਾ ਕੀ ਐਗਰੀਮੈਂਟ ਹੋਇਆ ਉਹਨਾਂ ਦੇ ਨਾਲ? ਤੁਹਾਨੂੰ ਜ਼ਮੀਨ ਉਹਨਾਂ ਨੇ ਫ੍ਰੀ ਦੇਤੀ ਹੈ? ਮੈਨੂੰ ਇਹ ਵੀ ਪਤਾ ਲੱਗਿਆ ਕਿ ਇਹਦੇ ਵਿੱਚੋਂ 6 ਕਿਊਸਿਕ ਪਾਣੀ, 6 ਤੋਂ 7 ਕਿਊਸਿਕ, ਹਜੇ ਪ੍ਰੋਪਰ ਨਹੀਂ ਹੈ ਮੇਰੇ ਕੋਲ ਇਨਫੋਰਮੇਸ਼ਨ ਵੀ ਪ੍ਰੋਪਰ ਕੀ 7 ਹੈ ਕਿ 8 ਹੈ, ਇਹ ਰਾਜਸਥਾਨ ਨੂੰ ਦੇਣਗੇ ਇਹਦੇ ਬਦਲੇ ਪਾਣੀ, ਕਿਉਂਕਿ ਜ਼ਮੀਨ ਕਿਉਂ ਦੇਣਗੇ ਉਹ ਆਪਣੀ ਇਹਨਾਂ ਨੂੰ? ਫਿਰ ਜ਼ਮੀਨ ਕਈ ਥਾਵਾਂ 'ਤੇ ਹੈ ਹੀ ਨਹੀਂ ਰਾਜਸਥਾਨ ਫੀਡਰ ਦੇ ਨਾਲ ਅੱਗੇ, ਕਿਉਂਕਿ ਮੇਰਾ ਤਾਂ ਇਲਾਕਾ ਹੈ ਉਹ, ਨਾਲ ਕਿਸਾਨ ਬਿਲਕੁਲ ਨਾਲ ਲੱਗ ਜਾਂਦੇ ਰਾਜਸਥਾਨ ਫੀਡਰ ਦੀ, ਧੁਰੋ ਧੁਰ ਨਹੀਂ ਹੈ ਉੱਥੋਂ ਤੱਕ। ਫਿਰ ਇਹ ਜ਼ਮੀਨ ਅਕੁਆਇਰ ਕਰਨੀ ਪਏਗੀ ਕਿਸਾਨਾਂ ਦੀ, ਉਹਨੂੰ ਮੁੱਲ ਕੀ ਦੇਣਗੇ ਇਹ ਕਿਸਾਨ ਨੂੰ? ਕੀ ਇਹਨਾਂ ਨੇ ਕੋਈ ਸਰਵੇ ਕਰ ਲਿਆ? ਸਰਵੇ ਕਰ ਲਿਆ ਉਹਦਾ ਮੁੱਲ ਕੀ ਨਿਰਧਾਰਿਤ ਕੀਤਾ ਹੈ ਜੇ ਕਿਸਾਨ ਨੂੰ ਦੇਣਾ ਹੈ? ਕਿਸਾਨ ਹੋ ਸਕਦਾ ਜ਼ਮੀਨ ਵੇਚਣਾ ਨਾ ਚਾਹੁੰਦਾ ਹੋਵੇ, ਕਿਸਾਨ ਤੁਹਾਡੇ ਭਾਅ 'ਤੇ ਨਾ ਵੇਚਣਾ ਚਾਹੁੰਦਾ ਹੋਵੇ। ਤੁਸੀਂ ਇਹਦੇ ਵਾਸਤੇ ਕਿਹਾ ਵੀ ਸਾਡੇ ਕੋਲ 500 ਕਰੋੜ ਰੁਪਏ ਦੀ ਤਜਵੀਜ਼ ਹੈ, ਹੁਣ ਤੁਸੀਂ ਕਹੀ ਜਾਂਦੇ ਹੋ ਵੀ 2300 ਕਰੋੜ ਲੱਗੇਗਾ। ਕੀ ਤੁਸੀਂ ਬਜਟ ਦੇ ਵਿੱਚ ਇਸ ਨਹਿਰ 'ਤੇ ਜਿਹੜਾ 2300 ਕਰੋੜ ਰੁਪਏ ਦਾ ਖਰਚਾ ਆਉਣਾ ਉਹ ਰੱਖਿਆ? ਮੇਰੇ ਕਹਿਣ ਤੋਂ ਮਤਲਬ ਹੈ ਸਰਾਸਰ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ, ਸਗੂਫੇ ਛੱਡੇ ਜਾ ਰਹੇ, ਸਾਨੂੰ ਨਹਿਰ 'ਤੇ ਕੋਈ ਇਤਰਾਜ਼ ਨਹੀਂ। ਗੱਲ ਕਰਾਂਗੇ ਸਮਾਣਾ ਸ਼ਹਿਰ ਦੀ। ਸਮਾਣਾ ਸ਼ਹਿਰ ਦੇ ਕਈ ਇਲਾਕਿਆਂ 'ਚ ਘਰਾਂ 'ਚ ਪੀਣ ਵਾਲਾ ਗੰਦਾ ਪਾਣੀ ਆ ਰਿਹਾ ਹੈ, ਜਿਸ ਨੂੰ ਲੈ ਕੇ ਜੋ ਲੋਕ ਨੇ ਉਹ ਬਿਮਾਰ ਪੈ ਰਹੇ ਨੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਮਹੀਨਿਆਂ ਤੋਂ ਆ ਦਿੱਕਤ ਆ ਰਹੀ ਹੈ, ਲੇਕਿਨ ਸ਼ਿਕਾਇਤ ਦੇ ਬਾਵਜੂਦ ਵੀ ਇਸ ਦਾ ਹੱਲ ਨਹੀਂ ਕੀਤਾ ਗਿਆ। ਸਮਾਣਾ ਦੀਆਂ ਕਈ ਕਲੋਨੀਆਂ 'ਚ ਪੀਣ ਦਾ ਗੰਦਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਪਿਛਲੇ ਕਈ ਮਹੀਨਿਆਂ ਤੋਂ ਇੱਥੇ ਦੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਨੇ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਸਾਹਮਣੇ ਕੋਈ ਰਾਸਤਾ ਨਹੀਂ ਬਚਿਆ, ਜਾਂ ਤਾਂ ਪਿਆਸੇ ਮਰੋ ਜਾਂ ਇਹ ਗੰਦਾ ਪਾਣੀ ਪੀ ਕੇ ਬਿਮਾਰ ਹੋ ਜਾਓ। ਵਾਰ ਵਾਰ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਬਾਅਦ ਵੀ ਕੋਈ ਹੱਲ ਨਹੀਂ ਹੋਇਆ। ਹੁਣ ਹਾਲਾਤ ਇਹ ਨੇ ਕਿ ਵੱਡੀ ਗਿਣਤੀ 'ਚ ਲੋਕ ਬਿਮਾਰ ਨੇ। ਰੇਤਾ ਰਿਹਾ ਜੀ, ਹੱਥ ਵੀ ਧੋ ਜਾ ਸਕਦੇ ਜੀ, ਤੁਸੀਂ ਦੇਖਿਆ ਹੀ ਹੈ, ਹੱਥ ਲਾ ਕੇ ਦੇਖੋ ਭਾਈ, ਰੇਤੇ ਰੇਤਾ ਹੈ ਜੀ। ਇਹ 15-20 ਦਿਨ ਪਹਿਲਾਂ ਸ਼ਿਕਾਇਤ ਕੀਤੀ ਸੀ ਤਾਂ ਇਹਨਾਂ ਨੇ ਕਲੈਕਸ਼ਨ ਚੇਂਜ ਕਰਤੇ ਸਾਡੇ, ਤਾਂ ਪਾਣੀ ਸਾਫ਼ ਸੀਗਾ, ਅਤੇ ਹੁਣ ਫਿਰ ਇਹਨੇ ਕਲੈਕਸ਼ਨ ਕੁਛ ਚੇਂਜ ਕਰਤੇ, ਹੁਣ ਤਾਂ ਹੱਥ ਵੀ ਧੋਏ ਨਹੀਂ ਜਾ ਸਕਦੇ ਕਿਸੇ ਕੀਮਤ ਜੀ। ਤੁਸੀਂ ਹੱਥ ਲਾ ਕੇ ਦੇਖਿਆ ਭਾਈ, ਰੇਤਾ ਜ਼ਿਆਦਾ, ਪਾਣੀ ਘੱਟ ਹੈ ਜੀ। ਆਂਡੇ ਵਾਲੇ ਸਾਰੇ ਸਭ ਦੇ ਇਹੀ ਹਾਲ ਹੈ, ਅੱਧੇ ਮੁਹੱਲੇ 'ਚ ਗੰਦਾ ਪਾਣੀ ਹੈ, ਅੱਧੇ ਮੁਹੱਲੇ ਸਾਫ਼ ਪਾਣੀ ਹੈ। ਪਹਿਲਾਂ ਵੀ ਕਿਹਾ ਸੀਗਾ ਸਰਕਾਰ ਕੋਲ ਧਿਆਨ ਨਹੀਂ ਕਰਦੀ, ਡੇਰੇ ਫੈਲਿਆ ਹੋਇਆ, ਪੇਟ ਖਰਾਬ ਰਹਿੰਦਾ ਮੇਰਾ ਆਪ ਜੀ, 3 ਦਿਨ ਹੋ ਗਏ ਖਾਂਦੇ ਨੂੰ ਜੀ। ਗੰਦਾ ਆ ਰਿਹਾ, ਕੀ ਆ ਰਿਹਾ ਪਾਣੀ ਦੇ ਵਿੱਚ? ਮਿੱਟੀ। ਮਿੱਟੀ ਕਿੰਨੇ ਦਿਨ ਹੋ ਗਏ? ਹੋ ਗਏ 3-4 ਮਹੀਨੇ। 3-4 ਮਹੀਨੇ ਪਹਿਲੇ ਸ਼ਿਕਾਇਤ ਕੀਤੀ ਸੀ? ਹਾਂਜੀ ਕੀਤੀ ਸੀ। ਕੋਈ ਠੀਕ ਹੋਇਆ ਉਸ ਟਾਈਮ? 2-4 ਦਿਨ ਠੀਕ ਹੋਇਆ ਜੀ ਬਸ। ਅੱਛਾ, ਉਸ ਤੋਂ ਫਿਰ ਆਉਣ ਲੱਗੀ ਮਿੱਟੀ? ਹਾਂਜੀ ਹਾਂ। ਸਿਹਤ ਵਾਸਤੇ ਕਿਸ ਤਰ੍ਹਾਂ ਠੀਕ ਹੈ ਪਾਣੀ ਪੀਣ 'ਚ ਲੈ ਕੇ? ਨਹੀਂ ਭਈਆ, ਫਿਲਟਰ ਵਾਲਾ ਪੀਂਦੇ ਹਾਂ। ਡਾਕਟਰ ਵੀ ਲੋਕਾਂ ਨੂੰ ਇਹ ਪਾਣੀ ਪੀਣ ਲਈ ਮਨਾ ਕਰ ਰਹੇ ਨੇ। ਪਾਣੀ ਕਾਫੀ ਗੰਦਾ ਹੈ ਤੇ ਇਸ ਦੇ ਇਸਤੇਮਾਲ ਨਾਲ ਹੈਜ਼ਾ ਜਿਹੀ
ਬਿਮਾਰੀਆਂ ਹੋਣ ਦਾ ਖਤਰਾ ਹੈ। ਕਲੋਨੀਆਂ ਦੇ ਬਹੁਤ ਸਾਰੇ ਲੋਕ ਪਹਿਲਾਂ ਤੋਂ ਹੀ ਬਿਮਾਰ ਨੇ ਪਰ ਅਧਿਕਾਰੀਆਂ ਤੇ ਕੋਈ ਅਸਰ ਨਹੀਂ। ਨਿਊਜ਼ 18 ਲਈ ਸਮਾਣਾ ਤੋਂ ਪ੍ਰਸ਼ੋਤਮ ਕੌਸ਼ਿਕ ਦੀ ਰਿਪੋਰਟ।